बहुत बहुत स्वागत है सारे दर्शकों का। विश्व वार्ता देख रहे हो तुसी। अहम प्रेस कॉन्फ्रेंस हुई है SGPC वालों। SGPC प्रधान हरजिंदर सिंह धामी वालों इस प्रेस कॉन्फ्रेंस में संबोधित किया गया। आज की इस प्रेस कॉन्फ्रेंस का खास मुद्दा जिहड़ा रहा ज्ञानी हरप्रीत सिंह का अस्तीफा। हरजिंदर सिंह धामी होना ने कहा कि अस्तीफा नामंजूर कर दिता गया क्योंकि सिख कौम दे कौम नू बहुत ज़्यादा जरूरत है ज्ञानी हरप्रीत सिंह दी सेवावां दी। इस मौके ज्ञानी हरप्रीत सिंह दी तारीफ भी की। उन्होंने कहा कि ज्ञानी हरप्रीत सिंह ने अपनियां जिहड़ियां जिम्मेवारियां नू उन्होंने बाखूबी निभाया है। इस दे नाल नाल उन्होंने कहा कि सिख पंथ नू कौम नू ज्ञानी हरप्रीत सिंह दी सेवावां दी हले बहुत ज़्यादा जरूरत है, इस करके वो अस्तीफे को नामंजूर करते हैं। इस प्रेस कॉन्फ्रेंस दौरान उन्होंने सिख आगुओं को सलाह भी दी है कि पब्लिकली इस तरह के बयान देने तो उन्होंने ग्रेस करना चाहिए, तो नाल दी नाल एक खतरे वाल भी इशारा किया। उन्होंने कहा कि SGPC और होर सिख संस्थावां दे विच घुसपैठ हो रही है। किस दी घुसपैठ की कोशिश की जा रही है SGPC ते होर सिख संस्थावां दे विच? आओ सुन लैने हरजिंदर सिंह धामी होना ने ਕਿਹੜੀਆਂ ਗੱਲਾਂ ਕੀਤੀਆਂ ਨੇ ਆਪਣੀ ਇਸ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ। ਅਹੁਦੇਦਾਰ ਸਹਿਬਾਨਾਂ ਨੇ ਵੱਖ-ਵੱਖ ਸਮੇਂ ਤੇ ਉਹਨਾਂ ਦੀ ਤਰਜਮਾਨੀ ਕੀਤੀ। ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਖਤ ਸਹਿਬਾਨਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹਨਾਂ ਦੀਆਂ ਸੇਵਾਵਾਂ ਦਾ ਹਮੇਸ਼ਾ ਹੀ ਸਤਿਕਾਰ ਕੀਤਾ ਜਾਂਦਾ ਰਿਹਾ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਉਹਨਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਇਸ ਅਹੁਦੇ ਨੂੰ ਹੋਰ ਸ਼ਿੰਗਾਰਿਆ। ਇਹਨਾਂ ਨੂੰ ਸੇਵਾ ਫਲ ਦੇ ਤੌਰ 'ਤੇ ਸਨਮਾਨ ਭੱਤਾ ਅਤੇ ਨਾਲ ਇਹਨਾਂ ਨੂੰ ਇੰਡੀਪੈਂਡੈਂਟ ਕੀਤਾ ਕਿ ਇਹ ਖਰਚਿਆਂ ਤਾਤ ਜਾਂ ਹੋਰ ਕਾਰਜਾਂ ਦੇ ਵਿੱਚ ਕਿਸੇ ਪੱਖੀ ਵੀ ਇਹਨਾਂ ਦੇ ਜਿਹੜੇ ਹੱਥ ਆ ਉਹ ਖੁੱਲ੍ਹੇ ਛੱਡੇ ਸੀ। ਔਰ ਮੈਂ ਕਹਿ ਸਕਦਾ ਮਾਣ ਨਾਲ ਕਿ ਅੱਜ ਤੱਕ ਇਹ ਪਰੰਪਰਾ ਉਸੇ ਤਰ੍ਹਾਂ ਬਰਕਰਾਰ ਚੱਲ ਰਹੀ ਹੈ। ਮੌਜੂਦਾ ਦੌਰ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਥੇਦਾਰ ਤਖ਼ਤ ਸਾਹਿਬਾਨਾਂ ਨੂੰ ਜਿੱਥੇ ਆਦਰ ਤੇ ਸਤਿਕਾਰ ਦਿੱਤਾ ਜਾ ਰਿਹਾ ਉੱਥੇ ਉਹਨਾਂ ਵੱਲੋਂ ਸਮੇਂ ਸਮੇਂ 'ਤੇ ਜਿਹੜੇ ਕੋਈ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦਾ ਵੀ ਪਾਲਣਾ ਕੀਤਾ ਗਈ। ਇਹ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਰਿਹਾ ਕਿ ਕੁਛ ਸਮੇਂ ਤੋਂ ਇੱਕ ਸਾਡੀ ਧਾਰਨਾ ਬਣ ਗਈ ਆ ਕਿ ਕਾਂ ਵਾਲੀ ਬਿਰਤੀ ਰੱਖ ਕੇ ਦੂਏ ਦੇ ਉੱਤੇ ਐਲੀਗੇਸ਼ਨ ਲਾਉਣੇ। ਮੇਰਾ ਸੁਭਾਅ ਵੀ ਆ, ਮੈਂ ਬਹੁਤ ਘੱਟ ਬੋਲਦਾ, ਵਿਰੋਧੀ ਨਹੀਂ ਮੈਂ ਕਹਿੰਦਾ ਹੁੰਦਾ, ਮੈਂ ਵਿਚਾਰਧਾਰਕ ਮਤਭੇਦ ਦੀ ਗੱਲ ਕਰਦਾ ਹੁੰਦਾ ਕਿ ਜੀ ਆਹ ਸਮੇਂ ਦੌਰਾਨ ਆਹ ਨਹੀਂ ਹੋਇਆ ਆਹ ਨਹੀਂ ਹੋਇਆ। ਮੈਂ ਜਵਾਬ ਉਹਨਾਂ ਦਾ ਇਕੱਲੇ ਇਕੱਲੇ ਦਾ ਦੇ ਸਕਦਾ ਸੀ, ਪਰ ਮੈਂ ਕਹਿ ਸਕਦਾ ਕਿ ਸਿੰਘ ਸਾਹਿਬਾਨ ਦੇ ਸਾਰਾ ਕੁਝ ਉਹਨਾਂ ਦੀ ਜਾਣਕਾਰੀ ਹਿੱਤ ਉਹਨਾਂ ਕੋਲ ਇਕੱਲਾ ਇਕੱਲਾ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜ ਕੀਤਾ ਉਹ ਜਥੇਦਾਰ ਸਹਿਬਾਨਾਂ ਦੇ ਜਾਣਕਾਰੀ ਦੇ ਵਿੱਚ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਸਿੰਘ ਸਹਿਬਾਨ ਉਹਨਾਂ ਦਾ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਤਿਕਾਰ ਰੱਖਿਆ ਅਤੇ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰਹੂਗਾ। ਉਂਝ ਵੀ ਆ ਜਿਹੜਾ ਸਮਾਂ ਚੱਲ ਰਿਹਾ ਇੱਕ ਕੌਮੀ ਸੰਕਟ ਚੱਲ ਰਿਹਾ ਅਤੇ ਪਿਛਲੇ ਸਮੇਂ ਵੱਲ ਵੱਲ ਨਿਗਾਹ ਮਾਰੀਏ ਕਈ ਵਾਰੀ ਸਵਾਲ ਕਰਦੇ ਆ ਜੀ ਅਸੀਂ ਕੀ ਸਰਕਾਰਾਂ ਕੀ ਅਸੀਂ ਸਿੱਧੀ ਦਖਲਅੰਦਾਜ਼ੀ ਕਰਦੇ ਹਾਂ। ਆਹ ਮੌਜੂਦਾ ਹੁਣ ਹਰਿਆਣੇ ਦੀ ਸਰਕਾਰ ਜਿਸ ਵੇਲੇ ਖੱਟੜ ਦੀ ਸਰਕਾਰ ਸੀ ਅਤੇ ਮੈਂ ਹੈਰਾਨ ਸੀ ਕਿ ਕਹਿ ਰਹੇ ਜੀ ਇਹ ਤਾਂ ਕਾਂਗਰਸ ਵੇਲੇ ਬਣਿਆ ਅਤੇ ਕਾਂਗਰਸ ਨੇ ਇਹ ਕਮੇਟੀ ਉਦੋਂ ਐਕਟ ਬਣਾਇਆ। ਕੋਈ ਸ਼ੱਕ ਨਹੀਂ ਕਾਂਗਰਸ ਵੇਲੇ ਬਣਿਆ ਅਤੇ ਪਰ ਉਹਨੂੰ ਬੂਰ ਕਿਨ ਪਾਇਆ? ਉਹ ਬੂਟ ਪਾਇਆ ਉਸ ਵੇਲੇ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਅਤੇ ਚਿੱਚੇ ਤੌਰ 'ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਦੀ ਸਰਕਾਰ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਿਸ ਵੇਲੇ ਸੈਂਟਰ ਵੀ ਰਲ ਗਿਆ ਸਟੇਟ ਦੀਆਂ ਦੋਵੇਂ ਸਰਕਾਰਾਂ ਨਾਲ ਰਲ ਗਈਆਂ ਅਤੇ ਫਿਰ ਉੱਥੇ ਹੋਣਾ ਕੀ ਸੀ? ਹੋਇਆ ਉਹ ਜਿਹੜਾ ਅਸੀਂ ਖਾਲਸਾ ਪ੍ਰਗਟ ਕਰਦੇ ਸੀ। ਹੁਣ ਦੂਜੀ ਟਰਮ ਉਹਨਾਂ ਦੀ ਅਡਹੋਕ ਦੀ ਆ ਗਈ ਆ ਔਰ ਉੱਥੇ ਜੋ ਪਿਛਲੇ ਸਮੇਂ ਦੌਰਾਨ ਹੋਇਆ ਉਹ ਕਿਉਂ ਵਾਪਰ ਰਿਹਾ? ਅੱਜ ਕਿਉਂ ਹਰਿਆਣੇ ਦੇ ਸਿੱਖ ਜਿਹੜੇ ਉੱਤੇ ਉਂਗਲਾਂ ਚੁੱਕ ਰਹੇ ਆ
ਉਹ ਮੈਂ ਨਹੀਂ ਕਹਿੰਦਾ, ਇਹਨਾਂ ਦੇ ਆਪਣੇ ਮੈਂਬਰ ਹੀ ਇੱਕ ਦੂਜੇ ਨੂੰ ਕਹਿੰਦੇ ਆ ਜੀ ਇੱਥੇ ਆਹ ਹੋ ਗਿਆ, ਫਲਾਨਾ ਆਹ ਕਰ ਗਿਆ, ਫਲਾਨਾ ਉਹ ਕਰ ਗਿਆ। ਇਹ ਭਾਈ ਜੇ ਸਰਕਾਰ ਦੇ ਇਸ਼ਾਰਿਆਂ ਤੇ ਚੱਲਾਂਗੇ ਤਾਂ ਫਿਰ ਐਵੇਂ ਹੀ ਹੋਊਗੀ। ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਬੂਲੇ ਚਾਹੇ ਨਾ ਕਬੂਲੇ, ਇੱਕ ਸੱਚ ਇੱਥੇ ਹੁੰਦਾ, ਇੱਕ ਸੱਚ ਉੱਤੇ ਵੀ ਚੱਲਦਾ। ਉਹ ਤਾਂ ਸਾਰਿਆਂ 'ਤੇ ਚੱਲਣਾ, ਕੰਮ ਹੋਰ ਕਿਸੇ 'ਤੇ ਵੱਖਰਾ ਤਾਂ ਨਹੀਂ ਚੱਲਣਾ, ਉਹ ਤਾਂ ਸਾਰਿਆਂ 'ਤੇ ਚੱਲਣਾ। ਪਰ ਫਿਰ ਵੀ ਦੁਨਿਆਵੀ ਧਰਤੀ 'ਤੇ ਜਿਹੜਾ ਸੱਚ ਬੋਲਦੇ ਉਹਦਾ ਕੁਛ ਨਾ ਕੁਛ ਲੋਕ ਅਸਰ ਕਬੂਲਦੇ ਆ। ਉੱਥੇ ਵੀ ਆਪਾਂ ਦੇਖਿਆ ਸਿੱਧੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਉੱਥੇ ਸਿੱਧੀ ਦਖਲਅੰਦਾਜ਼ੀ ਕਰ ਰਹੀ, ਦਖਲਅੰਦਾਜ਼ੀ ਨਹੀਂ ਕਰ ਰਹੀ, ਕੁਛ ਮੈਂਬਰ ਸਿੱਧੇ ਤੌਰ 'ਤੇ ਪਾਰਟੀਆਂ ਦੇ ਵਿੱਚ ਵੀ ਰਲ ਗਏ। ਭਾਵੇਂ ਅੱਜ ਦਾ ਵਿਸ਼ਾ ਕੁਝ ਹੋ ਰਿਹਾ, ਮੈਂ ਉੱਥੇ ਬਾਅਦ 'ਚ ਆਉਣਾ ਚਾਹੁੰਦਾ, ਜਿਹੜਾ ਕੌਮੀ ਸੰਕਟ ਮੈਂ ਉਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ ਸੀ ਕਿ ਪਿਛਲੇ ਦਿਨੀ ਹਜ਼ੂਰ ਸਾਹਿਬ ਤਖ਼ਤ ਦੇ ਉੱਥੇ ਪ੍ਰਧਾਨ ਦੀ ਚੋਣ ਹੋਣੀ ਸੀ, ਕਿਉਂਕਿ ਉੱਥੇ ਵੱਖਰਾ ਇੱਕ ਉਹਨੇ ਬੋਰਡ ਬਣਾ ਦਿੱਤਾ ਅਤੇ ਬੋਰਡ ਦੀ ਜਿਹੜੀ ਨੋਮੀਨੇਸ਼ਨ ਪ੍ਰਧਾਨ ਦੀ ਉਹ ਸਰਕਾਰ ਕਰਦੀ ਆ। ਉਸ ਵੇਲੇ ਇੱਕ ਪ੍ਰਧਾਨ ਇਹੋ ਜਿਹਾ ਚੁਣਿਆ ਜਿਹੜਾ ਨਹੀਂ ਸੀ ਚੁਣਨਾ ਚਾਹੀਦਾ, ਪਰ ਸਾਰਿਆਂ ਨੇ ਰੌਲਾ ਰੱਪਾ ਪਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਇਆ ਅਤੇ ਫਿਰ ਜਾ ਕੇ ਉਹ ਪ੍ਰਧਾਨ ਬਦਲ ਕੇ ਹੋਰ ਲਾਏ ਗਏ। ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਵੀ ਆ, ਅਤੇ ਇਹ ਮੌਜੂਦਾ ਸਮਾਂ ਤੁਰਦੇ ਤੁਰਦੇ ਪਟਨਾ, ਹਜ਼ੂਰ, ਦਿੱਲੀ ਅਤੇ ਗਾਹਾਂ ਹੁਣ ਚੰਬੂ ਬਾਰਡਰ ਹਰਿਆਣਾ ਅਤੇ ਗਾਹਾਂ ਸਾਡੇ ਬਾਰਡਰ ਤੋਂ ਵੀ ਹੁਣ ਗਾਹਾਂ ਕ੍ਰੋਸ ਹੋ ਰਿਹਾ, ਕਿਉਂਕਿ ਉਹ ਜਿਹੜੀਆਂ ਮੌਕੇ ਦੀਆਂ ਹਾਕਮ ਸਰਕਾਰਾਂ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭੈ ਭੀਤੇ ਆ ਕਿ ਸਿੱਖ ਜਿਹੜੇ ਆ ਇਹ ਚਾਹੇ ਐਜੂਕੇਸ਼ਨ ਅਦਾਰੇ ਆ, ਚਾਹੇ ਮੈਡੀਕਲ ਫੈਸਿਲਿਟੀਜ਼ ਆ, ਚਾਹੇ ਪ੍ਰਬੰਧ ਦੀ ਗੱਲ ਆ, ਅਤੇ ਚਾਹੇ ਕੋਈ ਕੌਮੀ ਸੰਕਟ ਆ ਜਾਏ, ਇਹ ਹਿੱਤਾਂ ਦੀ ਪੂਰਤੀ ਕਰਦੀ ਆ, ਕੁਛ ਜਮਾਤਾਂ ਨੂੰ ਇਹ ਚੰਗਾ ਨਹੀਂ ਲੱਗਦਾ। ਤੋ ਇਸੇ ਕਰਕੇ ਹੁਣ ਆਹ ਮੌਜੂਦਾ ਸਮੇਂ ਦੇ ਵਿੱਚ ਬਹੁਤ ਕੁਝ ਕਹੀ ਜਾਂਦੇ ਆ ਕਿ ਅਸੀਂ ਸਾਡਾ ਸਿੱਧਾ ਕੋਈ ਸੰਬੰਧ ਨਹੀਂ, ਪਰ ਸਮੇਂ ਦੇ ਅਨੁਕੂਲ ਸਾਰਾ ਕੁਝ ਸਾਹਮਣੇ ਆ ਜਾਂਦਾ ਅਤੇ ਮੈਂ ਕਹਿ ਸਕਦਾ ਕਿ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਕੁਛ ਭੈੜ ਕੀਤੀ ਜਾ ਰਹੀ, ਖਾਸ ਕਰਕੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਮੈਂ ਕਿਸੇ ਨੂੰ ਨਾ ਦੋਸ਼ੀ ਕਹਿੰਦਾ ਨਾ ਮੈਂ ਕਿਸੇ 'ਤੇ ਐਲੀਗੇਸ਼ਨ ਲਾਉਣਾ, ਪਰ ਸੱਚ ਸੱਚੇ ਹੁੰਦਾ ਅਤੇ ਸੱਚ ਪ੍ਰਗਟ ਵੀ ਹੋ ਜਾਂਦਾ। ਸੋ ਕੁਝ ਸਿਆਸੀ ਪਾਰਟੀਆਂ ਆਪਣੇ ਨਿੱਜੀ ਮਫਾਦਾਂ ਲਈ ਅੱਜ ਇਹ ਭਰਾ ਮਾਰੂ ਜੰਗ ਵੱਲ ਨੂੰ ਇਹ ਕਾਰਜ ਨੂੰ ਧਕੇਲ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਸਿੱਖਾਂ ਦੀ ਜਮਾਤ ਆ, ਭਾਵੇਂ ਇੱਕ ਸੈਕਟ ਇਹਨੂੰ ਚੁਣਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਾਰਿਆਂ ਦਾ, ਸਿੱਖ ਕੌਮ ਦਾ ਚਿੱਚੇ ਤੌਰ 'ਤੇ ਸਾਰਿਆਂ ਦਾ ਕੌਮੀ ਹਿੱਤਾਂ ਦਾ ਧਿਆਨ ਰੱਖਦੀ ਆ। ਸੋ ਉਹ ਤੋਂ ਇਲਾਵਾ ਆਹ ਜਿਹੜਾ ਹੁਣ ਮੌਜੂਦਾ ਹਾਲਾਤ ਦੇ ਵਿੱਚ ਮੈਂ ਸਮੁੱਚੇ ਸਾਰੇ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਸਮੂਹ ਅਕਾਲੀ ਲੀਡਰਸ਼ਿਪ ਨੂੰ, ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪੋ ਵਿੱਚ ਜਿਹੜੀ ਲੜਾਈ ਉਹ ਹਾਨੀਕਾਰਕ ਅਤੇ ਘਾਤਕ ਸਿੱਧ ਹੋ ਜਾਂਦੀ ਆ, ਅਤੇ ਅਸੀਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਰੱਖਦੇ। ਆਓ ਸਾਰੇ ਹੀ ਤਕੜੇ ਹੋ ਕੇ ਆਪਾਂ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਨੂੰ ਅੱਜ ਕਮਜ਼ੋਰ ਕਰਨ ਲਈ ਬਹੁਤ ਵੱਡੇ ਪੱਧਰ 'ਤੇ ਜ਼ੋਰ ਲੱਗ ਰਿਹਾ, ਇਹਨੂੰ ਆਪਾਂ ਜਿਹੜੀ ਸਾਡੇ ਬਜ਼ੁਰਗਾਂ ਨੇ ਆਪਣੇ ਲਹੂ ਅਤੇ ਮਿੰਝ ਦੇ ਨਾਲ ਇਹ ਫਲਵਾੜੀ ਸਿੰਜੀ ਸੀ, ਉਹਨਾਂ ਪਿਛਲੀਆਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦੇਈਏ ਅਤੇ ਠੋਸਤਾ ਦੇ ਨਾਲ ਇਸ ਸੰਸਥਾ ਦੇ ਸਹਿਯੋਗੀ ਬਣ ਕੇ। ਮੈਂ ਇਹ ਨਹੀਂ ਕਹਿੰਦਾ ਵੀ ਕੌਣ ਕਿਵੇਂ ਕਰਦਾ, ਪਰ ਆਹ ਜਿਹੜਾ ਮੌਜੂਦਾ ਸਮਾਂ ਆ, ਇਸ ਮੌਜੂਦਾ ਸਮਾਂ ਦੇ ਵਿੱਚ ਜੇ ਸੰਸਥਾਵਾਂ ਕਮਜ਼ੋਰ ਹੋ ਜਾਣਗੀਆਂ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਜਾਊ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਜਾਊ, ਸਭ ਤੋਂ ਵੱਡੀ ਸੰਸਥਾ ਸਿੱਖ ਪੰਥ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਆ। ਕਹਿੰਦੇ ਸਾਰੀਆਂ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ,
पर उहदे उत्ते पहरा देण लगे कई बार लत्तां जिहड़ियां उह थड़थड़ा जांदियां। मैं स्पष्ट करना चाहुंदा श्रोमणी गुरद्वारा प्रबंधक कमेटी तौर सुखे समुचे तौर पर सारे तख्त साहबाना के जथेदार उन्हां दा दिलों नहीं गा उन्हां दा मनो हर एक पक्ष तो पूरा सत्कार आ ते ये सत्कार इसे तरह बहार रहूगा क्योंकि मीडिया का युग आ ते सारा कुछ प्रगट हो जाता अजकल तो बहुत छेती सारा कुछ प्रगट हो जाता। दूसरा जिहड़ा एक आ हुण संकट कल दा साडे वल चलिया कि कल शाम मैनू सिंह साहब जी का टेलीफोन आया सिंह साहब ज्ञानी हरप्रीत सिंह जी जथेदार तख्त श्री के दमदमा साहब उन्होंने एक मैनू वट्सअप के उत्ते मेरे ते वो अपना अस्तीफा भेजा ते नाल दी नाल उन्हें टेलीविजन के उत्ते भी अपना बयान नशर किया। मैं जदों मैनू टेलीफोन आया उदों ही मैं कहा सी सिंह साहब जी कि तुसी बड़े अहुदे ते बैठे हां तुहाडा आदर ते सत्कार आ आपां अस्तीफे आले पासे नूं ना पईए तुसी इह अस्तीफा अपना इह अस्तीफा भेजो ना वापस लो। पर चलो कोई नहीं शाम नूं रात नूं मेर फिरे उन्हां नाल गल होई फिर मैं उन्हां दे नाल इहो विचार कीती भई आपां तुसी क्योंकि मुखी आ सिंह साहब आने मैं ये भी थोड़े ध्यान च लाना चाहना कि जद दे उन्होंने दमदमा साहब के नाल तख्त श्री अकाल तख्त साहब का कार्यकारी जथेदार तौर पर वो जिम्मेवारी ली सी वह जिम्मेवारी उन्हें बाखूबी निभाई आ बड़े समय उत्ते थले दे आए पर उन्होंने दी मैं इस पक्ष तो भी प्रशंसा करदा कि उन्होंने वो सारे ज्यों ज्यों दे समय आए उन्होंने समयों के बिचों साड़ी तर्जमानी की ते इस करके वो साडे सत्कार योग भी आ ते जिहड़ा अस्तीफा उन्हें दिता कल श्रोमणी गुरद्वारा प्रबंधक कमेटी का मुख सेवा होदान के नाते वो मैं अस्तीफा जिहड़ा उन्हां दा रद्द करदा वो अस्तीफा मन्निया नहीं जाऊगा। उन्हां नूं मैं टेलीफोन तो आ थोड़ा समा पहला कन्वे भी कर दिता सी कि तुसी बेहतर तो सगा पे अस्तीफा वापस लेंदे पर क्योंकि थोड़िया सेवावान सिख पंथ प्रति बहुत शलाघा योग आड़िया सेवावान की हाले श्रोमणी गुरद्वारा प्रबंधक कमेटी को भविख दे विच भी बहुत जरूरत आ क्योंकि पिछला सारा समा उन्हां दा ते आ जिहड़ा मूहरला समा उहदे विच वख-वख अहुदिआं ते साडे नाल सलाहां भी करदे आ ते साडी योग अगवाई भी करदे आ सो उह सारिआं पक्खां नूं मुख रखदे होए उह जिहड़ा अस्तीफा आ उह नामंजूर कीता जांदा रद्द कीता जांदा ते उहनां नूं मैं बेनती करदा निमरता सहित कि जिवें अगे तुसीं साडे तख्त श्री केसगढ़ साहब दी ते बतौर पंज सिंह साहिबान अगवाई करदे आ उसे तरह साडी जिहड़ी आ योग अगवाई तुसीं करनी आ। हाँ मैं ये जरूर स्पष्ट करना चाहना कि कई बारी मर्यादा का एडा बड़ा उलंघन हो जाता अज तो साढ़े बिच रह ही गल गई आ कि जिहड़ा भी कोई श्री अकाल तख्त साहब नूं आउंदा एक चिट्ठी फड़ा दिंदा बार बख्यान भी अपने ढंग नाल कर जांदा भई जी इहनूं आ सज़ा देनी चाहीदी आ आप ही कंप्लेनेंट ते आप ही जज का भी रोल अदा करके चल जांदे तुसीं मीडिया विच बेहतर जाणदे आ इवें कदे नहीं हुई ये मर्यादा पिछले दमें दौरान सिंह साहब ने जदों एक हदायत भी की सी भई जे तक श्रोमणी गुरद्वारा जब तक श्रोमणी अकाली दल की जिहड़ियां भी एक दूए प्रति शिकायतां आ उहदे प्रति कुछ ना बोलिया जाए तो मैं देखदा इत्थे जिन्ने भी आउंदे आ कंप्लेंट पाउण आउंदे आ नाले अपना बखियान भी कर जांदे आ ते सियासी रोटियां भी सेक रहे आ हमदर्दी नहीं मैं कह सकता साढ़े साथी आ ते फिर भी उन्हें साथी बनना ही आ मैनूं पता आ साथी मैं भी 40 साल 45 साल का देखता आ रहा ते फिर
ਆਪਾਂ ਸਾਰਥਕ ਰੋਲ ਅਦਾ ਕਰੀਏ। ਸਿੰਘ ਸਾਹਿਬ ਸਾਡੇ ਸਤਿਕਾਰ ਤੇ ਆ। ਉਹ ਰਾਤ ਵੀ ਮੈਂ ਉਹਨਾਂ ਨੂੰ ਜਿਲ੍ਹੇ ਟੈਲੀਫੋਨ ਆਇਆ ਉਸ ਵੇਲੇ ਵੀ ਕਨਵੇ ਕੀਤਾ ਸੀ ਕਿ ਕਿਸੇ ਹਾਲਤ ਵਿੱਚ ਵੀ ਇਹ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਣਾ, ਚਾਹੇ ਉਹਨਾਂ ਕੋਲ ਰਿਕਾਰਡਿੰਗ ਵੀ ਸ਼ਾਇਦ ਹੋਵੇ। ਅਤੇ ਮੈਂ ਰਾਤ ਵੀ ਇਹ ਗੱਲ ਕੀਤੀ ਸੀ ਉਹਨਾਂ ਦੇ ਨਾਲ, ਅਤੇ ਹੁਣ ਵੀ ਮੈਂ ਸਵੇਰੇ ਜਿਹੜੀ ਆ ਉਹਨਾਂ ਦੇ ਨਾਲ ਗੱਲ ਕੀਤੀ ਆ। ਅਤੇ ਮੈਂ ਸਮਝਦਾ ਵੀ ਉਹਨਾਂ ਦੀਆਂ ਸੇਵਾਵਾਂ ਬੜਮੁੱਲੀਆਂ ਆ, ਅਤੇ ਬੜਮੁੱਲੀਆਂ ਸੇਵਾਵਾਂ ਦੇ ਵਿੱਚ ਉਹਨੇ ਬੜਮੁੱਲਾ ਜਿਹੜਾ ਆ ਉਹ ਸਾਡਾ ਸਾਰਾ ਯੋਗਦਾਨ ਪਾਇਆ। ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ, ਬਹੁਤ ਖੋਜਿਆ ਬੋਲਣ ਨੂੰ ਬਤੌਰ ਪੋਲੀਟੀਸ਼ੀਅਨ ਇੱਕ ਦੂਜੇ ਦੇ ਖਿਲਾਫ਼ ਬੋਲੀ ਜਾਈਏ ਜਾਂ ਹੋਰ ਬੋਲੀ ਜਾਈਏ। ਤਖ਼ਤ ਸਾਹਿਬਾਨ ਦੇ ਜਥੇਦਾਰ ਜਿਹੜੇ ਆ ਇਹ ਸਤਿਕਾਰਯੋਗ ਆ, ਕੋਈ ਗੱਲ ਕਰਨੀ ਅੰਦਰ ਵੜ ਕੇ ਕੀਤੀ ਜਾ ਸਕਦੀ ਆ। ਸਿੰਘ ਸਾਹਿਬ ਇੱਥੇ ਗਿਆਨੀ ਰਘਵੀਰ ਸਿੰਘ ਜੀ ਆ ਸਾਡੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਘਰ ਵੀ ਉਹਨਾਂ ਦਾ ਵਿੱਚ ਹੀ, ਇਵੇਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਘਰ ਵੀ ਉੱਥੇ ਦਮਦਮਾ ਸਾਹਿਬ ਦੇ ਵਿੱਚ ਹੀ ਆ, ਅਤੇ ਇੱਥੇ ਵੀ ਆਉਂਦੇ ਜਾਂਦੇ ਆ। ਕੋਈ ਸੁਝਾਅ ਦੇਣਾ, ਕੋਈ ਗੱਲ ਕਰਨੀ ਆ, ਅੰਦਰ ਵੜ ਕੇ ਕਰ ਲੈਣੀ ਚਾਹੀਦੀ ਆ। ਫਿਰ ਉਹ ਜਿਲ੍ਹੇ ਆਪਾਂ ਲੋਕਾਂ 'ਚ ਨਸ਼ਰ ਹੁੰਦੀ ਕੁਦਰਤੀ ਕਈ ਵਾਰੀ ਫਿਰ ਵਿਕਾਰ ਨੂੰ ਸੱਟ ਲੱਗਦੀ ਆ। ਇਵੇਂ ਗਿਆਨੀ ਸੁਲਤਾਨ ਸਿੰਘ ਜੀ ਇੱਥੇ ਵੀ ਰਹਿੰਦੇ ਆ, ਉਹਨਾਂ ਦੀ ਰਿਹਾਇਸ਼ ਵੀ ਇੱਥੇ ਹੀ ਆ, ਅਤੇ ਕੇਸਗੜ੍ਹ ਸਾਹਿਬ 'ਤੇ ਵੀ ਜਾਂਦੇ ਆ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਦੇ ਹੋਏ ਆਦੇਸ਼ ਅਨੁਸਾਰ ਕਿ ਕੋਈ ਵੀ ਗੱਲ ਜਿਹੜੀ ਕਰਨੀ ਉਹ ਆਪ ਅੰਦਰ ਵੜ ਕੇ ਕਰ ਲਓ, ਪਬਲਿਕਲੀ ਨਾ ਬੋਲੀ ਜਾਵੇ। ਕਿਉਂਕਿ ਪਬਲਿਕਲੀ ਜਿਹੜੇ ਕੋਈ ਗੱਲ ਬੋਲੀ ਜਾਂਦੀ ਤਾਂ ਉਹ ਫਿਰ ਕਈ ਵਾਰੀ ਉਹ ਐਸੀ ਘਾਤਕ ਸਿੱਧ ਹੁੰਦੀ ਆ, ਫਿਰ ਵਿਕਾਰਾਂ ਦਾ ਸਵਾਲ ਬਣ ਜਾਂਦਾ। ਅਤੇ ਤਖ਼ਤ ਸਾਹਿਬਾਨ ਜਿਹੜੇ ਜਥੇਦਾਰ ਸਾਹਿਬਾਨ ਇਹ ਕੌਮ ਦੀ ਅਗਵਾਈ ਕਰਦੇ ਆ, ਇਹ ਵੱਡੇ ਸਾਹਾਂ 'ਤੇ ਬੈਠੇ ਆ, ਵੱਡੀਆਂ ਇਹਨਾਂ ਦੀਆਂ ਸੁਭਾਵਾਂ ਆ। ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਹ ਵੱਡੀਆਂ ਸੁਭਾਵਾਂ ਨੂੰ ਮੁੱਖ ਰੱਖਦੇ ਹੋਏ ਡਾਇਰੈਕਸ਼ਨ ਦੇਣੀ, ਅਗਵਾਈ ਕਰਨੀ ਆ। ਕਿਉਂਕਿ ਆਹ ਜਿਹੜਾ ਸਮਾਂ ਮੈਂ ਤੁਹਾਨੂੰ ਗਿਣਾਇਆ ਕਿ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਤੋਂ ਗਾਹਾਂ ਦਿੱਲੀ ਅਤੇ ਗਾਹਾਂ ਦਿੱਲੀ ਤੋਂ ਹਰਿਆਣਾ ਅਤੇ ਹੁਣ ਪੰਜਾਬ ਵਿੱਚ ਹੱਥ ਫੈਲਾ ਰਿਹਾ, ਇਹ ਤਾਂਹੀਓ ਸਾਡੇ ਸੁਰੱਖਿਅਤ ਆ ਜੇ ਜਿਹੜੇ ਸਾਡੇ ਅਗਵਾਈ ਕਰਦੇ, ਚਾਹੇ ਮੈਂ ਮੁੱਖ ਸੇਵਾਦਾਰ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਰਦਾ, ਅਤੇ ਸਿੰਘ ਸਾਹਿਬਾਨ ਤਿੰਨੋਂ ਸਿੰਘ ਸਾਹਿਬਾਨ ਚੌਥੇ ਸਿੰਘ ਸਾਹਿਬਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੰਘ ਸਾਹਿਬ ਕਲਵੰਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਾਡੇ ਸਾਰੇ ਸਤਿਕਾਰਯੋਗ ਆ। ਕਿਉਂਕਿ ਇਹ ਤਖ਼ਤ ਸਾਹਿਬਾਨ ਗੁਰੂ ਸਾਹਿਬੰਦ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਤਖ਼ਤ ਜਿਹੜੇ ਆ ਇਹ ਚੱਲੇ ਆ ਰਹੇ ਅਤੇ ਇਹਨਾਂ ਦੀ ਮਰਿਆਦਾ ਵੀ ਆ। ਸੋ ਮੈਂ ਅੰਤ ਦੇ ਵਿੱਚ ਇਹ ਵੀ ਇੱਕ ਸਿੱਧੇ ਤੌਰ 'ਤੇ ਤੁਹਾਡੇ ਰੂਬਰੂ ਹੋ ਕੇ ਵੀ ਜੇ ਕਤਾਜਤ ਕਿਸੇ ਪੱਖ ਤੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਮਰਿਆਦਾ ਦਾ ਕਿਸੇ ਪੱਖ ਤੋਂ ਜਾਂ ਕੋਈ ਜਾਤੀ ਤੌਰ 'ਤੇ ਤੁਹਾਨੂੰ ਮਹਿਸੂਸ ਹੁੰਦਾ, ਉਹ ਅੱਜ ਅਕਾਲੀ ਦਲ ਦਾ ਸਾਡਾ ਸਰਦਾਰ ਦਲਜੀਤ ਸਿੰਘ ਚੀਮਾ ਆਏ ਸੀ, ਮੇਰਾ ਖਿਆਲ ਉਹਨੇ ਵੀ ਪ੍ਰੈਸ ਕਾਨਫਰੰਸ ਉੱਧਰ ਕਰਕੇ ਗਏ ਆ, ਅਤੇ ਮੈਂ ਇਹ ਅਸ਼ੋਰੈਂਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ। ਨਾਲ ਇਹ ਗੱਲਾਂ ਨਾ ਹੁੰਦਾ, ਨਾਲ ਸੱਚਮੁੱਚ ਹੀ ਹਾਂ ਬਤੌਰ ਪ੍ਰਧਾਨ, ਆਹ ਸਾਰੇ ਮੈਂਬਰ ਸਾਹਿਬਾਨ ਸਾਡੇ ਅਤੇ ਸਾਰਾ ਇਹ ਸਮੁੱਚਾ ਹਾਊਸ ਤੁਹਾਡੀਆਂ ਕੀਤੀਆਂ ਜਿਹੜੀਆਂ ਸੇਵਾਵਾਂ ਉਹਨਾਂ ਦਾ ਸਤਿਕਾਰ ਵੀ ਕਰਦੀ, ਉਹਨਾਂ ਦੀਆਂ ਪ੍ਰਸ਼ੰਸਾ ਵੀ ਕਰਦੀ, ਅਤੇ ਗਾਂਹ ਵੀ ਵਧੇਰੇ ਹਿੱਤਾਂ ਲਈ ਤੁਸੀਂ ਸਾਡੀ ਉਹ ਜਿਹੜੀ ਉਹ ਅਗਵਾਈ ਕਰਦੇ ਰਹੋ, ਅਤੇ ਉਹ ਅਸਤੀਫਾ ਜਿਹੜਾ ਆ ਉਹ ਅੱਜ ਅਸੀਂ ਉਹ ਨਾਮ ਮਨਜ਼ੂਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਾ। ਦੇਖੋ ਬੇਨਤੀ ਇਹ ਆ ਕਿਉਂਕਿ ਜਿਲ੍ਹੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਉਹ ਆਪੋ ਵਿੱਚ ਹੀ ਹੋ ਗਏ, ਹੁਣ ਮੇਰੀ ਗੱਲ ਦੀ ਲੋੜ ਨਹੀਂ ਲੱਗ ਗਈ ਕਿਉਂਕਿ ਉੱਥੇ ਸਾਰੀ ਆਲਰੇਡੀ ਜਿਹੜੀ ਆ ਹੋ ਚੁੱਕੀ ਆ। ਉਹਦੇ ਬਾਰੇ ਹੁਣ ਮੈਂ ਕੀ ਕਮੈਂਟ ਕਰਨਾ, ਉਹ ਤਾਂ ਸਿੰਘ ਸਾਹਿਬਾਨਾਂ ਦੇ ਨਾਲ ਹੀ ਸਮਝ ਸਮਝ ਹੋ ਜਾਂਦਾ। ਪੰਜਾਬ ਦੇ ਮੁੱਖ ਮੰਤਰੀ ਸੀ ਮਾਨਨੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਬਿਆਨ ਦਿੱਤਾ ਸੀਗਾ ਦਾੜੇ ਪ੍ਰਕਾਸ਼ ਨੂੰ ਲੈ ਕੇ ਤੇ ਪੱਗ ਨੂੰ ਲੈ ਕੇ, ਉਦੋਂ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀਗਾ ਕਿ ਕਿਸੇ ਵੀ ਲੀਡਰ ਨੂੰ ਏਦਾਂ ਨਹੀਂ ਬੋਲਣਾ ਚਾਹੀਦਾ। ਤਾਂ ਅੱਜ ਜੇਕਰ ਵਿਰਸਾ ਵਟੋਆ ਹੋਰਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਜਿੱਦਾਂ ਸਾਹਿਬ ਨੇ ਇਲਜ਼ਾਮ ਲਾਏ ਨੇ
ਸ਼੍ਰੋਮਣੀ ਕਮੇਟੀ ਕੁਝ ਉਹਨਾਂ ਦੇ ਉੱਤੇ ਐਕਸ਼ਨ ਲਵੇਗੀ ਕਿਉਂਕਿ ਉਹ ਵੀ ਇੱਕ ਸਿਆਸੀ ਲੀਡਰ ਨੇ? ਮੇਰਾ ਸਵਾਲ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਇਹ ਪੁੱਛਣਾ। ਦੇਖੋ ਮਰਿਆਦਾ ਦਾ ਜਿੱਥੋਂ ਤੱਕ ਹੁੰਦਾ ਉਹ ਨੋਟਿਸ ਸਿੰਘ ਸਾਹਿਬ ਨੇ ਕਰਨਾ ਜੀ। ਦਾੜੀ ਦੇ ਕੇਸਾਂ ਦਾ ਅਸੀਂ ਪਹਿਲਾਂ ਵੀ ਕਿਹਾ ਸੀ ਸਤਿਕਾਰ ਕਰਦੇ ਹਾਂ, ਦਸਤਾਰ ਦਾ ਵੀ ਸਤਿਕਾਰ ਆ। ਅਤੇ ਜਿਹਲੇ ਅਪਰ ਕੋਰਟ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਸੁਪਰੀਮ ਬੋਡੀ ਕਾਲ ਤੱਕ ਦੇ ਉੱਤੇ ਸਾਰਾ ਮਸਲਾ ਉਹ ਸਿੰਘ ਸਾਹਿਬਾਂ ਨੇ ਬੈਠ ਕੇ ਡਿਸਕਸ ਕੀਤਾ ਆ, ਤਾਂ ਮੇਰਾ ਖਿਆਲ ਉਹਦੇ 'ਤੇ ਹੁਣੀ ਕਾਰਵਾਈ ਵੀ ਆਪਣੀ ਕੀਤੀ ਆ, ਅਤੇ ਹੁਣ ਮੇਰਾ ਉੱਤੇ ਕਮੈਂਟ ਕਰਨਾ ਜਿਹੜਾ ਮਰਜ਼ੀ। ਇਹ ਅਕਾਲੀ ਦਲ ਉਹ ਮੇਰਾ ਖਿਆਲ ਆਪਣੇ ਗਿਆਨੀ ਸੋਰੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਅੱਜ ਆਏ ਆ ਇੱਥੇ ਮੇਰਾ ਖਿਆਲ ਸ਼ਾਇਦ, ਜਾਂ ਨਹੀਂ ਆਏ ਅਤੇ ਉਹ ਮੇਰਾ ਖਿਆਲ ਅਖਬਾਰ ਦੇ ਵਿੱਚ ਅੱਜ ਉਹਦਾ ਜਿਹੜਾ ਸਾਰਾ ਆ ਉਹਨੇ ਆਪਣਾ ਦੇਖੋ। ਮੈਂ ਤਾਂ ਉਹ ਵੀ ਸਾਡਾ ਛੋਟਾ ਭਰਾ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮਰਿਆਦਾ ਉਹ ਮੇਰੇ ਤੋਂ ਵੱਧ ਜਾਣਦੇ ਆ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਰਹੇ ਲਾਗੇ, ਅਤੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਉਹ ਗੱਲ ਨਾ ਕਰੋ ਜਿਹਦੇ ਨਾਲ ਹੋਰ ਵੱਧ ਜਿਹੜੀਆਂ ਉਹ ਵੰਡੀਆਂ ਪੈਣ। ਸਿੱਖ ਦਾ ਤਾਂ ਸੁਭਾਅ ਹੀ ਬਹੁਤ ਪਾਣੀ ਵਰਗਾ ਨਿਰਮਲ ਹੁੰਦਾ, ਅਤੇ ਉਹ ਵੀ ਆਪਣੇ ਮੈਂ ਸਮਝਦਾ ਹਾਂ ਆਪਣੇ ਜਿਸਲੇ ਕੋਈ ਗੱਲ ਕਰਨੀ ਆ ਅੰਦਰ ਵੜ ਕੇ ਤਾਂ ਕਰ ਲੈਣ, ਪਬਲਿਕਲੀ ਇਹੋ ਜਿਹੀਆਂ ਗੱਲਾਂ। ਚਲੋ ਮੈਂ ਬੇਨਤੀ ਕੀਤੀ ਤੁਹਾਡੇ ਮੀਡੀਆ ਰਾਹੀਂ, ਮੈਂ ਬੇਨਤੀ ਕੀਤੀ ਆ ਕਿ ਆਪਣੇ ਉਹਨਾਂ ਨੂੰ ਦੇਖੋ ਗੱਲ ਪਤਾ ਕੀ ਆ, ਜਿਸਲੇ ਤੁਸੀਂ ਆਮ ਕਰਕੇ ਕੋਈ ਪ੍ਰੈਸ ਕਾਨਫਰੰਸ ਹੋਣਾ ਤੁਹਾਡੇ ਕੋਲ ਮੋਬਾਈਲ ਕਿਸੇ ਨੇ ਖੋਏ ਆ ਕੋਈ? ਇਹ ਪੀਸੀ ਹੁੰਦੀ ਉਹਲੇ ਵੱਖਰੀ, ਉਹ ਨਹੀਂ ਉਹ ਜਿਹੜੀ ਵੀਡੀਓ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਆ ਬੀਬੀ ਮਨਦੀਪ ਕੌਰ ਖੜੀ ਆ, ਇਹ ਕਰਕੇ ਆਏ ਆ ਉੱਥੇ ਸਿੰਘ ਸਾਹਿਬ ਦੇ ਆਦੇਸ਼ 'ਤੇ ਕੀਤੀ ਜੋ ਸਿੰਘ ਸਾਹਿਬ ਨੇ ਆਦੇਸ਼ ਕੀਤਾ, ਕਿਉਂਕਿ ਆਪਾਂ ਇੱਕ ਪਾਸੇ ਸਿੰਘ ਸਾਹਿਬ ਕਹੀਏ ਉਹ ਮੇਰਾ ਖਿਆਲ ਆ ਉਹ ਮੇਰੇ ਨੋਟਸ 'ਚ ਨਹੀਂ, ਪਰ ਇਹ ਪਰੰਪਰਾਵਾਂ ਇੱਦਾਂ ਦੀਆਂ ਨਹੀਂ ਪਾਉਣੀਆਂ ਚਾਹੀਦੀਆਂ, ਮੈਂ ਪਰੰਪਰਾ ਨਹੀਂ ਪਾਉਣੀ ਚਾਹੀਦੀ। ਦੇਖੋ ਕੁਛ ਗੱਲਾਂ ਜਿਹੜੀਆਂ ਆ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਸਕਿਆ ਕਿ ਕਿੱਥੋਂ ਪਟਨਾ ਸਾਹਿਬ ਤੋਂ ਤੁਰ ਕੇ ਹਜ਼ੂਰ ਸਾਹਿਬ ਤੋਂ ਤੁਰ ਕੇ ਕਿੱਥੋਂ ਤੁਰ ਕੇ ਭਵਾਂ ਇਹਨੂੰ ਅੱਜ ਇਹ ਬੀਜੇਪੀ ਵੀ ਕਹੀ ਜਾਵੇ ਰੱਦ ਕਰਦੇ ਹਾਂ, RSS ਵੀ ਕਹੀ ਜਾਵੇ ਰੱਦ ਕਰਦੇ ਹਾਂ, ਪਰ ਆਹ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਤਾਂ ਗੱਲਾਂ ਪ੍ਰਤੱਖ ਤੌਰ 'ਤੇ ਸਾਹਮਣੇ ਹੀ ਆ ਗਈਆਂ ਆ ਬਈ ਕੀ ਹੋ ਰਿਹਾ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੀ ਆ ਸਿੰਘ ਸਾਹਿਬ ਸਾਡੇ ਦੇ ਸਤਿਕਾਰਯੋਗ ਆ, ਅਤੇ ਉਹਨਾਂ ਦੇ ਅਹੁਦੇ ਅਤੇ ਮਾਨ ਮਰਿਆਦਾ ਨੂੰ ਦੇਖਦੇ ਹੋਏ ਇੱਕ ਮਰਿਆਦਾ ਦੇ ਵਿੱਚ ਸਾਨੂੰ ਵੀ ਉਹਦਾ ਪਾਲਣਾ ਕਰਨੀ ਚਾਹੀਦਾ। ਚਲੋ ਮੈਂ ਬਾਰ ਬਾਰ ਤੁਸੀਂ ਮੇਰੇ ਮੂੰਹ 'ਚ ਇਹ ਗੱਲ ਪਾਉਂਦੇ, ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਕਿ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਕਿਤੇ ਫੇਰ ਵੀ ਤੁਹਾਡੇ ਨਾਲ ਕਰ ਲਾਂਗੇ, ਪਰ ਸਿੰਘ ਸਾਹਿਬ ਸਾਡੇ ਸਤਿਕਾਰਯੋਗ ਆ, ਉਹਨਾਂ ਦਾ ਮਾਨ ਮਰਿਆਦਾ ਦਾ ਅਤੇ ਦੂਜਾ ਜਿਹੜਾ ਧਿਆਨ ਰੱਖਦੇ ਮੈਂ ਬਟੂਆ ਸਾਹਿਬ ਨੂੰ ਵੀ ਬੇਨਤੀ ਕਰਦਾ। ਚਲੋ ਸਿੰਘ ਸਾਹਿਬਾਂ ਨਾਲ ਮੈਂ ਅੱਜ ਬੈਠ ਕੇ ਸਵੇਰੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਕੋਲ ਵੀ ਆਇਆ ਅਤੇ ਉਹਨਾਂ ਨਾਲ ਅੱਜ ਮੇਰੀ ਗੱਲ ਹੋਈ। ਦੇਖੋ ਮੇਰੀ ਗੱਲ ਬੇਨਤੀ ਸੁਣ ਲਓ, ਉਹ ਤਾਂ ਉਹਨੇ ਐਕਸ਼ਨ ਉਹਨੇ ਲੈ ਲਿਆ, ਹੁਣ ਮੇਰਾ ਐਕਸ਼ਨ ਵਿੱਚ ਕੀ ਰਹਿ ਗਿਆ? ਸੁਪਰੀਮ ਬੋਡੀ ਉਹ ਮੇਰੀ ਬੇਨਤੀ ਅਮਰਦਵਾਲ ਬੇਨਤੀ ਸੁਣੋ, ਸੁਪਰੀਮ ਬੋਡੀ ਨੇ ਜਦ ਐਕਸ਼ਨ ਲੈ ਲਿਆ
उन्होंने एक्शन ला लिया तो गांह अकाली दल ने एक्शन का गांह है उन्होंने हदायत जी कर ले तो फिर हम गांह बाकी गल की हो गए जी कल हो गया चलो जी अपने ज्ञानी अपने साहब अमृतपाल सिंह यह जेड़ा तुसी सवाल कर रहे थी कोई रैलीवेंसी नहीं एट द स्टेज वो अस्तीफा असी रद्द किया नामंजूर किया सिंह साहब गहां अपने सियाने आ सोझे हुआ कोई इदा नहीं होंगी एक मर्यादा होंगी आ पर अगला सवाल हुण आपां होर उहनूं इह सवाल दा जदों कदे हो फेर देखी जा पर हुण तां नहीं चलो चलो मेरी बेनती सुनो ਤੁਸੀਂ ਸ਼ਾਇਦ ਘੱਟ ਵਿਚਰੇ ਹੋਵੋਗੇ ਮੈਨੂੰ ਵੀ ਲੰਮਾ ਸਮਾਂ ਵਿਚਰਦੇ ਨੂੰ ਹੋ ਗਿਆ ਮਤਭੇਦ ਤਾਂ ਇੱਕ ਹੈਲਦੀ ਸਾਈਨ ਹੁੰਦਾ ਟੂ ਸਮ ਐਕਸਟੈਂਟ ਉਹ ਜਿਹੜੀ ਸਾਰਥਕ ਹੋਣੀ ਚਾਹੀਦੀ ਹੈ ਅਤੇ ਸਾਰਥਕ ਤੌਰ 'ਤੇ ਹਰ ਇੱਕ ਬੰਦੇ ਨੂੰ ਆਪਣਾ ਅਧਿਕਾਰ ਆ ਜੇ ਮੈਂ ਹੁਣ ਅੱਜ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਤੁਸੀਂ ਮੈਨੂੰ ਸਵਾਲ ਕਰੇ ਰਹੇ ਨਾ ਇੱਕ ਵੱਖਰਾ ਹੁੰਦਾ ਮਰਿਆਦਾ ਵੱਖਰੀ ਹੁੰਦੀ ਪਰ ਉਹਨਾਂ ਨੇ ਉਦੋਂ ਉਸ ਗੱਲ ਦਾ ਆਦੇਸ਼ ਉਹਨੇ ਉਹਦਾ ਜ਼ਰੂਰ ਬਣੋ ਪਰ ਆਦੇਸ਼ ਮੰਨਿਆ ਸੀ